ਪਰਮੇਸ਼ਰ ਦੀ ਹਜ਼ੂਰੀ ਵਿੱਚ ਆਏ ਹੋ ਸਾਰੇ ਭੈਣ ਭਾਈਓ ਨੇ ਜੈਮਸੀ ਦੀ ਅੱਜ ਅਸੀਂ ਵਚਨਾਂ ਵਿੱਚੋਂ ਸਿੱਖਾਂਗੇ ਪਰਮੇਸ਼ਰ ਦੇ ਸ਼ਸਤਰ ਵਸਤਰ ਅਤੇ ਉਹਨਾਂ ਦੇ ਆਤਮਿਕ ਹਥਿਆਰ ਆਓ ਅਸੀਂ ਪੜਾਂਗੇ ਸੰਤ ਪੌਲਸ ਦਾ ਲਿਖਿਆ ਖਤ ਅਪਸੀਆਂ ਨੂੰ ਉਹਦੇ 6 ਅਧਿਆਇ ਦੇ 10 ਆਇਤ ਮੁਕਤੀ ਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ ਗੱਲ ਮੁਕਤੀ ਹੈ ਕਿ ਪ੍ਰਭੂ ਤੋਂ ਬਿਨਾ ਹੋਰ ਕੋਈ ਮੁਕਤੀ ਦਾਤਾ ਨਹੀਂ ਪ੍ਰਭੂ ਯਸ਼ੁਮਤੀਨ ਸੇਦੇ ਬਿਨਾਂ ਸਿਚ ਬਚਾਈ ਨਹੀਂ ਜਾ ਸਕਨੇ ਤਾਂ ਪਵਿੱਤਰ ਆਤਮਾ ਤੋਂ ਬਿਨਾ ਕੋਈ ਸਵਰਗ ਵਿੱਚ ਜਾ ਨਹੀਂ ਸਕਦਾ ਵਚਨ ਸਾਨੂੰ ਕਹਿੰਦਾ ਹੈ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ ਪ੍ਰਭੂ ਦੇ ਨਾਮ ਵਿੱਚ ਉਹਦੀ ਸ਼ਕਤੀ ਦੇ ਵਿੱਚ ਤਕੜੇ ਹੋਣਾ ਹੈ ਜਿਵੇਂ ਅਸੀਂ ਦੁਨੀਆਵੀ ਕਮਾਈ ਕਰਦੇ ਹਾਂ ਮਿਹਨਤ ਮਜ਼ਦੂਰੀ ਕਰਦੇ ਹਾਂ ਦਸਾਂ ਨੂੰ ਆਂਦੇ ਕੀਰਤ ਕਰਦੇ ਹਾਂ ਉਵੇਂ ਸਾਨੂੰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਨਾਮ ਦੀ ਕਮਾਈ ਵਿੱਚ ਬਹੁਤ ਸ਼ਕਤੀ ਆ ਪਰਮੇਸ਼ਰ ਦੇ ਸਾਰੇ ਸ਼ਸਤਰ ਬਸ਼ਤਰ ਧਾਰੋ ਤਾ ਜੋ ਤੁਸੀਂ ਸ਼ੈਤਾਨ ਦੇ ਛਲਛਿੰਦਰਾ ਸਾਹਮਣੇ ਖਲੋ ਸਕੋ ਪਰਮੇਸ਼ਰ ਦੇ ਸ਼ਸਤਰ ਬਸ਼ਤਰ ਧਾਨ ਨੇ ਅੱਜ ਆਪਣੇ ਮਨ ਵਿੱਚ ਸੋਚੋ ਕਿ ਆਪਾਂ ਤੋਬਾ ਕਰਨੀ ਆ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ ਹੈ ਪਵਿੱਤਰ ਆਤਮਾ ਦਾ ਧਾਨ ਹਾਸਲ ਕਰਨਾ ਹੈ ਤਾਂ ਜੋ ਤੁਸੀਂ ਸ਼ੈਤਾਨ ਦੇ ਛਲਛਿੰਦਰਾ ਸਾਹਮਣੇ ਖਲੋ ਸਕੋ ਤਾਂ ਜੋ ਜਿਹੜੀਆਂ ਸ਼ੈਤਾਨ ਦੀਆਂ ਚਲਾਕੀਆਂ ਨੇ ਉਹਦੇ ਸਾਰੇ ਬੁਰੇ ਖਿਆਲ ਨੇ ਬੁਰੇ ਵਿਚਾਰ ਨੇ ਉਹਨਾਂ ਸਾਹਮਣੇ ਖਲੋ ਸਕੀ ਆ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਾਡੀ ਲੜਾਈ ਕਿਸੇ ਜਾਤ ਨਾਲ ਨਹੀਂ ਕਿਸੇ ਕੌਮ ਨਾਲ ਨਹੀਂ ਕਿਸੇ ਮਜ਼ਬ ਨਾਲ ਨਹੀਂ ਕਿਸੇ ਧਰਮ ਨਾਲ ਨਹੀਂ ਕਿਸੇ ਵਿਅਕਤੀ ਨਾਲ ਨਹੀਂ ਸਾਡੀ ਖੂਨ ਖਰਾਬੇ ਦੀ ਲੜਾਈ ਆ ਸਾਡੀ ਲੜਾਈ ਕਿੰਨਾ ਨਾਵਾ ਸਗੋ ਹਕੂਮਤਾਂ ਇਕਤਿਆਰਾ ਅਤੇ ਇਸ ਅੰਧਕੋਰ ਦੇ ਮਹਾਰਾਜਾ ਅਤੇ ਦੁਸ਼ਟ ਆਤਮਿਆਣਾ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ ਹਰ ਲੜਾਈ ਉਹ ਸ਼ੈਤਾਨ ਦੀ ਚਲਾਕੀਆਂ ਨਾ ਵਾ ਜੋ ਇਨਸਾਨ ਦੇ ਮਨ ਵਿੱਚ ਲੜਾਈ ਝਗੜੇ ਵੈਰ ਵਿਰੋਧ ਨਸ਼ਿਆਂ ਦੀ ਭਾਵਨਾ ਲਾਲਚ ਵਾਲੀ ਭਾਵਨਾ ਪੌਂਦੀ ਸਾਡੀ ਲੜਾਈ ਉਹਨਾਂ ਦੁਸ਼ਟ ਆਤਮਾਾਂ ਨਾ ਵਾ ਜੋ ਕਿ ਸਵਰਗੀ ਥਾਵਾਂ ਵਿੱਚ ਰਹਿੰਦੇ ਰਹਿੰਦੇ ਹਨ ਕਹਿੰਦਾ ਭਾਵਾ ਸਵਰਗੀ ਥਾਵਾਂ ਵਿੱਚ ਰਹਿੰਦਾ ਕਿ ਜਦੋਂ ਪ੍ਰਭੂ ਨੇ ਸ਼ੈਤਾਨ ਨੂੰ ਉਹ tartar ਤੇ ਸੁਟਿਆ ਸੀ ਜਦੋਂ ਉਹ ਸੁਟਿਆ ਹੈ ਉਹ ਦੂਸਰੇ ਆਕਾਸ਼ ਤੱਕ ਅਟਕ ਗਿਆ ਹੈ ਉਹ ਜਿਹੜਾ ਸ਼ੈਤਾਨਵਾਦੀ ਪਹੁੰਚ ਦੂਸਰੇ ਆਕਾਸ਼ ਤੱਕ ਪਰ ਦੂਸਰੇ ਆਕਾਸ਼ ਤੇ ਉਹਦਾ ਕੋਈ ਕੰਮ ਨਹੀਂ ਉੱਥੇ ਯਹਵਾ ਦੇ ਲੋਕਾਂ ਨੇ ਜਾਣਾ ਹੈ ਇਸ ਲਈ ਪ੍ਰਾਰਥਨਾ ਕਰੋ ਪਵਿੱਤਰ ਆਤਮਾ ਦਾ ਦਾਣ ਹਾਸਲ ਕਰੋ ਤਾਂ ਜੋ ਪ੍ਰਭੂ ਸਾਨੂੰ ਆਪਣੇ ਰਾਜ ਲਈ ਤਿਆਰ ਕਰੇ ਇਸ ਕਾਰਨ ਤੁਸੀਂ ਯਹਵਾ ਦੇ ਸਾਰੇ ਸ਼ਸਤਰ ਬਸ਼ਤਰ ਲੈ ਲਓ ਇਸ ਲਈ ਤੁਸੀਂ ਜੋ ਹਵਾ ਦੇ ਸਾਰੇ ਸ਼ਸ਼ਤਰਬਸਤ ਲਵੋ ਅੱਪ ਅੱਜ ਸੋਚੋ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਸੇ ਤੋਬਾ ਕਰਨੀ ਆ ਪਰਮੇਸ਼ਰ ਦੇ ਧਾਨ ਨੂੰ ਹਾਸਲ ਪਾਉਣਾ ਹੈ ਪਵਿੱਤਰ ਆਤਮਾ ਦਾ ਧਾਨ ਹਾਸਲ ਪਾਉਣਾ ਹੈ ਬਪਤਿਸਮਾ ਲੈਣਾ ਹੈ ਅੱਜ ਆਪਣੇ ਮਨ ਵਿੱਚ ਸੋਚੋ ਕਿ ਸੇ ਹਰ ਐਤਵਾਰ ਦੀ ਤਰਫ ਮੰਡਲੀ ਕਰਨੀ ਆ ਕਿਉਂਕਿ ਪ੍ਰਭੂ ਦਾ ਕਹਿੰਦੇ ਨੇ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹ ਆਪਣੀ ਮੰਡਲੀ ਵਿੱਚ ਆਪ ਆਣ ਕੇ ਨਿਆਂਇਆਂ ਵਿੱਚ ਨਿਆਂ ਕਰਦੇ ਇਸ ਲਈ ਤੁਸੀਂ ਤੋਬਾ ਕਰਕੇ ਬਪਤਿਸਮਾ ਲੈ ਕੇ ਪਵਿੱਤਰ ਆਤਮਾ ਦਾ ਧਾਨ ਹਾਸਲ ਕਰਨਾ ਵਾ ਕਿਉਂਕਿ ਸ਼ਸ਼ਤਰ ਦਾ ਮਤਲਬ ਪਰਮੇਸ਼ਰ ਦੇ ਆਤਮਿਕ ਹਥਿਆਰ ਤੇ ਬਸਤਰ ਕੀ ਹੈ ਸਾਡਾ ਕਰੈਕਟਰ ਸਾਡਾ ਚਾਲ ਚੱਲਨ ਕਿਵੇਂ ਦਾ ਸਾਡਾ ਬੋਲ ਚਾਲ ਕਿਦਾਂ ਦਾ ਵਾ ਸਾਡਾ ਵਿਹਾਰ ਕਿਵੇਂ ਦਾ ਵਾ ਜਿਹੜੇ ਪ੍ਰਭੂ ਦੇ ਸ਼ਲੋਕ ਹੁੰਦੇ ਨੇ ਉਹ ਬਹੁਤ ਸ਼ਾਂਤ ਸੁਭਾਅ ਦੇ ਤੇ ਨਿਮਰ ਹੁੰਦੇ ਨੇ ਕਿ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਜੋ ਬੁਰੇ ਦਿਨ ਨੇ ਜਿਹਦੇ ਵਿੱਚ ਕਿ ਲੜਾਈਆਂ ਝਗੜੇ ਹੁੰਦੇ ਨੇ ਇਸ ਲਈ ਇਹਨਾਂ ਦਿਨਾਂ ਵਿੱਚ ਕੀ ਆ ਸਾਹਮਣਾ ਕਰ ਸਕਿਆ ਅੱਜ ਇਨਸਾਨ ਕਹਿੰਦਾ ਮੈਂ ਆਪਣੀ ਜਿਹੜੀ ਆ ਚਲਾਕੀ ਆ ਉਹਦੇ ਨਾਲ ਕਾਮਯਾਬ ਹੋ ਜਾ ਪੈ ਨਹੀਂ ਆਪਾਂ ਪ੍ਰਭੂ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ ਕਹਿਣ ਦਾ ਭਾਵ ਆ ਕਿ ਆਪਾਂ ਸਾਰਾ ਕੁਝ ਮਖਾ ਕੇ ਆਪਣੇ ਅੰਦਰ ਉਹ ਬਰਿਆਈ ਲਾਲਚ ਈਰਖਾ ਵੈਰ ਵਿਰੋਧ ਦੀ ਭਾਵਨਾ ਸਾਰਾ ਕੁਝ ਮਖਾ ਕੇ ਖਲੋਣਾ ਹੈ ਪ੍ਰਭੂ ਦੇ ਅੱਗੇ ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਆਪਣੀ ਕਮਰ ਸੱਚਾਈ ਨਾਲ ਕਸਾਣਾ ਮਤਲਬ ਸਾਡੇ ਵਿੱਚ ਸੱਚਾਈ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਸੱਚਾਈ ਨੂੰ ਜਾਣੋਗੇ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ ਅੱਜ ਤੁਹਾਡੇ ਵਿੱਚ ਸੱਚਾਈ ਹੋਣੀ ਬਹੁਤ ਜ਼ਰੂਰੀ ਆ ਅਤੇ ਧਰਮ ਦੀ ਸੰਜੋ ਪਹਿਨ ਕੇ ਤਰਮ ਤਰਮ ਦਾ ਮਤਲਬ ਪਵਿੱਤਰਤਾਈ ਕਿਉਂਕਿ ਜਿਵੇਂ ਪ੍ਰਭੂ ਵੀ ਪਵਿੱਤਰ ਵਾ ਸਾਨੂੰ ਵੀ ਪਵਿੱਤਰ ਬਣਨਾ ਚਾਹੀਦਾ ਵਾ ਸਾਡੇ ਵਿੱਚ ਪਵਿੱਤਰਤਾਈ ਹੋਣੀ ਬਹੁਤ ਜ਼ਰੂਰੀ ਆ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖਲੋ ਜਾਓ ਮਿਲਾਪ ਦੀ ਮਿਲਾਪ ਦੀ ਖੁਸ਼ਖਬਰੀ ਮਿਲਾਪ ਦੀ ਖੁਸ਼ਖਬਰੀ ਦਾ ਮਤਲਬ ਹੈ ਸਾਡੇ ਵਿੱਚ ਮੇਲ ਮਿਲਾਪ ਹੋਣਾ ਚਾਹੀਦਾ ਵਾ ਭੈਣ ਭਰਾਵਾਂ ਦਾ ਹਰ ਰਿਸ਼ਤੇ ਦਾ ਆਦਰ ਮਾਨ ਸਾਡੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਚ ਇੱਕ ਦੂਜੇ ਪ੍ਰਤੀ ਮਿਠਾਸ ਰਿਸ਼ਤਿਆਂ ਵਿੱਚ ਹੋਣੀ ਚਾਹੀਦੀ ਆ ਇਹ ਤਾਂ ਹੋ ਸਕਦਾ ਵਾ ਜੇਕਰ ਅਸੀਂ ਪ੍ਰਾਰਥਨਾ ਕਰਾਂਗੇ ਸਾਡੇ ਵਿੱਚ ਪ੍ਰਭੂ ਦੇ ਆਤਮਿਕ ਹਥਿਆਰ ਹੋਣਗੇ ਪਵਿੱਤਰ ਆਤਮਾ ਸਾਡੇ ਨਾਲ ਹੋਵੇਗਾ ਤਾਂ ਅਸੀਂ ਸਾਰੇ ਆ ਨਾ ਮੇਲ ਮਿਲਾਪ ਰੱਖਾਂਗੇ ਉਹਨਾਂ ਸਬਨਾ ਸਨੇ ਨਿਸ਼ਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸਤ ਦੇ ਸਾਰੇ ਅਗਨ ਬਾਨਾ ਨੂੰ ਬੁਝਾ ਸਕੋ ਉਹਨਾਂ ਸਬਨਾ ਸਨੇ ਨਿਸ਼ਚਾ ਦੀ ਢਾਲ ਉਹਨਾ ਸਭਨਾ ਸਨੇ ਦਾ ਮਤਲਬ ਪਤਾ ਮਤਲਬ ਇਹ ਆ ਕਿ ਸੱਚਾਈ ਸਾਡੇ ਵਿੱਚ ਹੋਣੀ ਚਾਹੀਦੀ ਆ ਪਵਿੱਤਰਤਾ ਹੀ ਹੋਣੀ ਚਾਹੀਦੀ ਆ ਮੇਲ ਮਿਲਾਪ ਹੋਣੀ ਚਾਹੀਦੀ ਆ ਤੇ ਨਿਸ਼ਚਾ ਦੀ ਢਾਲ ਨਿਸ਼ਚਾ ਨਾਲ ਹੀ ਜਿਹੜਾ ਅਬਰਾਹਮ ਸੀ ਉਹ ਤਰਮੀਠਾ ਰਾਇਆ ਗਿਆ ਸੀ ਸਾਡੇ ਵਿੱਚ ਨਿਸ਼ਚਾ ਹੋਣੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਵਚਨ ਪੜ੍ਹਨੇ ਆ ਬਾਈਬਲ ਪੜ੍ਹਨੇ ਆ ਤੇ ਜਿਹੜੀ ਸਾਰੀ ਬਾਈਬਲ ਵਾ ਉਹ ਬਹੁਤ ਸਾਰੀਆਂ ਸਾਖੀਆਂ ਨਾਲ ਨਿਸ਼ਚਾ ਦੇ ਨਾਲ ਭਰੀ ਹੋਈ ਆ ਤੇ ਨਿਸ਼ਚਾ ਦੇ ਨਾਲ ਹੀ ਜਿਹੜਾ ਵਾ ਇਹ ਵਿਅਕਤੀ ਆ ਬਚਾਇਆ ਜਾ ਸਕਦਾ ਵਾ ਤੇ ਨਿਸ਼ਚਾ ਦੇ ਨਾਲ ਹੀ ਆ ਪੱਥਰ ਮੀਠਾ ਰਾਇ ਸਾਸ ਸਕਦੇ ਨਿਸ਼ਚਾ ਦੇ ਨਾਲ ਤੁਸੀਂ ਉਸ ਦੁਸ਼ਤ ਦੇ ਸਾਰੇ ਅਗਨਬਾਨਾਂ ਨੂੰ ਬੁਝਾ ਸਕੋ ਮਤਲਬ ਕਿ ਜਿਹੜੇ ਸ਼ੈਤਾਨ ਦੀਆਂ ਚਲਾਕੀਆਂ ਨੇ ਜੋ ਵੀ ਇਹਦੇ ਛਲਸ਼ਿੰਦਰਵਾ ਉਹਨੂੰ ਆਪਾਂ ਖਤਮ ਕਰ ਸਕਨੇ ਆ ਆਹ ਉਸ ਦੀ ਵਚਨਾਂ ਵਿੱਚੋਂ ਫੇਰ ਸਿੱਖਾਂਗੇ ਜਿਹੜੇ ਆਤਮਿਕ ਹਥਿਆਰ ਨੇ ਗਲਾਤੀਆਂ ਪੰਜ ਦੀ 22 ਅਧਿਆਇ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਸਾਡੇ ਵਿੱਚ ਪ੍ਰੇਮ ਹੋਣਾ ਬਹੁਤ ਜ਼ਰੂਰੀ ਆ ਉਹ ਵਾਲਾ ਪ੍ਰੇਮ ਨਹੀਂ ਜੋ ਕਿਸੇ ਲਾਲਚ ਨਾਵਾ ਜੋ ਕਿਸੇ ਮਨ ਚ ਕੋਈ ਸ਼ੱਲ ਕਪਟਨ ਆਵਾ ਜਿਵੇਂ ਲੋਕੀ ਪੈਸਿਆਂ ਦਾ ਲਾਲਚ ਕਰਕੇ ਤੇ ਇੱਕ ਦੂਜੇ ਦੇ ਨਾਲ ਪ੍ਰੇਮ ਕਰਦੇ ਨੇ ਉਹ ਵਾਲਾ ਪ੍ਰੇਮ ਨਹੀਂ ਹੋਣਾ ਚਾਹੀਦਾ ਸਾਡੇ ਵਿੱਚ ਪ੍ਰੇਮ ਹੋਣਾ ਚਾਹੀਦਾ ਪਰਮੇਸ਼ਰ ਦਾ ਪ੍ਰੇਮ ਕਿਉਂਕਿ ਉਸਨੇ ਅਜਾਹਾ ਪਿਆਰ ਕੀਤਾ ਸੰਸਾਰ ਨਾਲ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਸਾਡੇ ਵਿੱਚ ਪ੍ਰੇਮ ਹੋਣਾ ਬਹੁਤ ਜ਼ਰੂਰੀ ਆ ਅੱਗੇ ਸਾਡਾ ਆਤਮਿਕ ਹਥਿਆਰ ਆ ਆਨੰਦ ਅੱਜ ਲੋਕ ਕੀ ਕਹਿੰਦੇ ਹਾਏ ਮੇਰੇ ਇੱਥੇ ਦਰਦ ਹਾਏ ਮੇਰੇ ਬੱਚੇ ਕਿੱਦਾਂ ਪੜਨਗੇ ਹਾਏ ਮੈਂ ਕਾਮਯਾਬ ਕਿਵੇਂ ਹੋਵਾਂਗਾ ਹਾਏ ਮੈਂ ਕੀ ਕਰਾਂ ਜੇ ਨਾ ਮੇਰੇ ਕੋ ਪੈਹਾ ਜੇ ਇਹ ਨਹੀਂ ਸੋਚਣਾ ਅੱਜ ਆਨੰਦ ਰਹਿਣ ਦੀ ਲੋੜ ਆ ਜੇ ਉਸ ਤੇ ਅਸੀਂ ਪ੍ਰਾਰਥਨਾ ਕਰਨੇ ਆ ਬੰਦਗੀ ਕਰਨੀ ਆ ਪ੍ਰਭੂ ਦੇ ਗੀਤ ਭਜਨ ਬੋਲਦੇ ਆ ਤੇ ਸਾਡੇ ਅੰਦਰ ਇੱਕ ਅਲੱਗ ਹੀ ਆਨੰਦ ਹੁੰਦਾ ਵਾ ਇੱਕ ਅਲੱਗ ਹੀ ਖੁਸ਼ੀ ਹੁੰਦੀ ਆ ਅਸੀਂ ਪ੍ਰਭੂ ਦੇ ਨਾਮ ਵਿੱਚ ਵੱਧਦੇ ਜਾਂਦੇ ਆ ਸ਼ਾਂਤੀ ਅੱਜ ਸਾਨੂੰ ਲੋਕ ਕੀ ਕਹਿੰਦੇ ਆ ਪੀ ਤੁਹਾਨੂੰ ਸ਼ਾਂਤੀ ਕਿੱਥੋਂ ਮਿਲਿਆ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਡਾ ਮਨ ਜਿਹੜਾ ਵਾ ਬਹੁਤ ਸਾਰੀਆਂ ਟੈਨਸ਼ਨਾਂ ਅਚ ਰਿੰਦਾ ਹੈ ਤੇ ਸਾਨੂੰ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਜੋ ਹੋਵਾ ਜਿਹੜਾ ਪਰਮੇਸ਼ਰ ਦਾ ਸ਼ਾਂਤੀ ਦਾ ਰਾਜਕੁਮਾਰ ਹੈ ਸਾਡੇ ਵਿੱਚ ਸ਼ਾਂਤੀ ਹੋਣੀ ਬਹੁਤ ਜ਼ਰੂਰੀ ਆ ਸਾਡੇ ਵਿੱਚ ਸ਼ਾਂਤੀ ਫੇਰ ਹੀ ਹੋ ਸਕਦੀ ਹੈ ਜੇਕਰ ਸਾਡੇ ਚ ਆਤਮਿਕ ਹਥਿਆਰ ਹੋਣ ਉਹ ਕਿਵੇਂ ਹੋ ਸਕਦੇ ਆ ਜੇਕਰ ਆਪਾਂ ਪ੍ਰਾਰਥਨਾ ਕਰੀਏ ਪ੍ਰਭੂ ਦੇ ਹਰ ਦਰ ਪਰਵਨ ਵਿੱਚ ਜਾਈਏ ਅਗਲਾ ਸਾਡਾ ਹਥਿਆਰ ਵਾ ਤੀਰਜ ਤੀਰਜ ਹੋਣੀ ਸਾਡੇ ਵਿੱਚ ਬਹੁਤ ਜ਼ਰੂਰੀ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਭੈਣ ਜੀ ਅਸੀਂ ਪ੍ਰਾਰਥਨਾ ਕਰਨੇ ਪਰ ਪ੍ਰਭੂ ਉੱਤਰ ਨਹੀਂ ਦਿੰਦਾ ਕਿਉਂਕਿ ਆਪਾਂ ਤੀ ਰਜ਼ਨੀ ਕਰਨੀ ਕਿਉਂਕਿ ਬਾਈਬਲ ਕਹਿੰਦੀ ਆ ਕਿ ਕੀਤੀ ਹੋਈ ਪ੍ਰਾਰਥਨਾ ਕਦੇ ਵੀ ਵਿਅਰਥ ਨਹੀਂ ਜਾਂਦੀ ਸਾਨੂੰ ਲੋੜ ਆ ਤੀਰਸ ਕਰਨ ਦੀ ਦਿਆਲਗੀ ਸਾਡੇ ਵਿੱਚ ਦਇਆ ਹੁਣੀ ਬਹੁਤ ਜ਼ਰੂਰੀ ਆ ਹਰ ਇੱਕ ਦੇ ਨਾਲ ਦਇਆ ਭਾਵਨਾ ਵਰਤਣੀ ਚਾਹੀਦੀ ਕਿਉਂਕਿ ਜਿਵੇਂ ਪਰਮੇਸ਼ਰ ਦਾ ਸੁਭਾਅ ਸੀ ਦਇਆਵਾਨ ਵਾਲਾ ਉਹ ਦਇਆ ਦਾ ਸਾਗਰ ਹੈ ਸਾਡੇ ਵਿੱਚ ਵੀ ਦਇਆ ਹੁਣੀ ਬਹੁਤ ਜ਼ਰੂਰੀ ਆ ਪੱਲਿਆਈ ਸਾਨੂੰ ਪਲੇਆਈ ਕਰਦੇ ਕਦੀ ਵੀ ਅੱਕਣਾ ਨਹੀਂ ਚਾਹੀਦਾ ਪਲੇਆਈ ਸਾਡੇ ਵਿੱਚ ਹੋਣੀ ਬਹੁਤ ਬਹੁਤ ਜ਼ਿਆਦਾ ਹੀ ਜ਼ਰੂਰੀ ਆ ਕਿਉਂਕਿ ਪਰਮੇਸ਼ਰ ਵੀ ਪਲੇਆਈ ਕਰਦੇ ਸੀ ਉਹਨਾਂ ਨੇ ਕਦੀ ਵੀ ਬ੍ਰਿਾਈ ਨਹੀਂ ਕੀਤੀ ਜਿਵੇਂ ਪਰਮੇਸ਼ਰ ਦਾ ਸੁਭਾਅ ਸੀ ਅੱਜ ਸਾਡਾ ਵੀ ਉਵੇਂ ਸੁਭਾਅ ਹੋਣਾ ਚਾਹੀਦਾ ਅਗਲਾ ਸਾਡਾ ਹਥਿਆਰ ਆ ਵਫਾਦਾਰੀ ਅੱਜ ਸਾਨੂੰ ਮਾਂ ਬਾਪ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ਪਤੀ ਪਤਨੀ ਇੱਕ ਦੂਜੇ ਪ੍ਰਤੀ ਵਫਾਦਾਰ ਹੋਣੇ ਚਾਹੀਦਾ ਵਾ ਜਿਹੜੀ ეკਲਿਸਿਆ ਵਾ ਉਹਨੂੰ ਆਪਣੇ ਆਗੂ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਵਾ ਸਾਨੂੰ ਆਪਣੇ ਯਹੋਵਾ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ਕਿਉਂਕਿ ਜਿਵੇਂ ਅਸੀਂ ਆਪਣੇ ਮਨ ਵਿੱਚ ਸੋਚਨੇ ਆਂ ਕਿ ਆਪਾਂ ਛਲਕਪਟ ਕਰ ਲਈਏ ਪਰ ਇਹ ਨਹੀਂ ਸੋਚਣਾ ਕਿਉਂਕਿ ਸਾਡੀ ਇੱਕ ਵੀਡੀਓ ਬਣਾਈਂਦੀ ਆ ਜੋ ਕਿ ਯਹੋਵਾ ਜਦੋਂ ਨਿਆਂ ਹੁਣਾਵਾ ਉਦੋਂ ਸਾਨੂੰ ਯਹੋਵਾ ਨੇ ਦੱਸਣੀ ਸਾਡੇ ਚੰਗੇ ਤੇ ਮਾੜੇ ਕੰਮਾਂ ਦਾ ਜਦੋਂ ਨਿਆਂ ਹੁਣਾਵਾ ਉਦੋਂ ਸਾਨੂੰ ਪਤਾ ਲੱਗਣਾ ਕਿ ਆਪਾਂ ਕੀ ਛਲਕਪਟ ਕੀਤਾ ਵਾ ਨਿਰਮਾਈ ਅੱਜ ਸਾਡੇ ਵਿੱਚ ਨਰਮਾਈ ਹੋਣੀ ਵਿਚਾਰੀ ਦੀ ਆ ਜਦੋਂ ਤੁਹਾਨੂੰ ਕੋਈ ਗੁੱਸੇ ਨਾਲ ਕੋਈ ਗੱਲ ਕਰ ਦਿੰਦਾ ਆ ਆਪਾਂ ਫਟਾਫਟ ਉਹਦਾ ਗੁੱਸੇ ਨਾਲ ਜਵਾਬ ਦਿੰਨੇ ਆ ਪਰ ਨਹੀਂ ਕੋਹਤਾਂਚ ਲਿਖਿਆ ਹੈ ਕਿ ਜਿਹੜਾ ਨਰਮ ਜਵਾਬਾ ਗੁੱਸੇ ਨੂੰ ਠੰਡਾ ਕਰ ਦਿੰਦਾ ਵਾ ਸਾਡੇ ਵਿੱਚ ਨਰਮਾਈ ਹੋਣੀ ਬਹੁਤ ਜ਼ਰੂਰੀ ਆ ਸੰਜਮ ਜਦੋਂ ਸਾਡੇ ਤੇ ਕੋਈ ਬਿਮਾਰੀ ਜਾਂ ਕੋਈ ਦੁੱਖ ਹੁੰਦਾ ਵਾ ਤਾਂ ਆਪਾਂ ਫਟਾਫਟ ਕਿੰਨੇ ਕਿੰਨੀਆਂ ਆਪਾਂ ਚਰਚ ਨਹੀਂ ਜਾਣਾ ਕਿਉਂਕਿ ਸਾਡੇ ਤੇ ਕੀ ਕੋਈ ਮੁਸੀਬਤ ਆ ਗਈ ਪਰ ਨਹੀਂ ਸਾਨੂੰ ਸੰਜਮ ਹੌਸਲਾ ਰੱਖਣਾ ਚਾਹੀਦਾ ਕਿਉਂਕਿ ਅਜ਼ੂਬ ਦੇ ਦੁੱਖ ਆਏ ਸੀ ਇਸ ਲਈ ਪ੍ਰਭੂ ਸਾਡਾ ਵੀ ਜਿਹੜਾ ਵਾ ਉਹ ਨਿਆ ਕਰਦਾ ਏ ਪ੍ਰਭੂ ਸਾਡਾ ਵੀ ਜਿਹੜਾ ਵਾ ਉਹ ਟੈਸਟ ਲੈ ਸਕਦਾ ਏ ਇਸ ਲਈ ਸਾਨੂੰ ਹੌਸਲਾ ਰੱਖਣਾ ਚਾਹੀਦਾ ਆਓ ਅਸੀਂ ਪ੍ਰਾਰਥਨਾ ਦੀ ਹਾਲਤ ਵਿੱਚ ਹੋਵਾਂਗੇ ਮਿਹਰਬਾਨ ਪ੍ਰੇਮੀ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਨੀ ਖੁਦਾਵੰਨ ਖੁਦਾ ਤੇ ਇੱਕ ਇੱਕ ਆਪਣੀ ਸਮਰਥਨਾ ਇਸਮਾਲ ਕਰਦੇ ਪਏ ਖੁਦਾਵੰਨ ਤੁਹਾਡਾ ਧੰਨਵਾਦ ਤੁਹਾਡੇ ਸ਼ੁਕਰੀਆ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਸਵਾਗਤ ਕਰਨੀ ਪਿਤਾ ਪਰਮੇਸ਼ਰ ਅੱਜ ਦਾ ਵਚਨ ਇੱਕ ਇੱਕ ਦੀ ਜ਼ਿੰਦਗੀ ਵਿੱਚ ਬਿਹਤਰੀ ਵਾਲਾ ਹੋਏ ਪਰਮੇਸ਼ਰ ਤੁਹਾਡਾ ਆਤਮਿਕ ਅਗਨਿਸ਼ਯ ਪਿਤਾ ਜੀ ਤੁਹਾਡਾ ਧੰਨਵਾਦ ਖੁਦਾਵੰਨ ਖੁਦਾ ਤੁਹਾਡਾ ਜ਼ਲਾਲ ਇੱਕ ਇੱਕ ਨੂੰ ਟੱਚ ਪਿਤਾ ਜੀ ਇਕ ਦੇ ਕਰਾਂ ਚ ਪਰਿਵਾਰਾਂ ਚ ਸ਼ਾਂਤੀ ਬਲਾ ਆਤਮਾ ਦੇ ਨਾਲ ਖੁਦਾਮੁਖ ਦਾ ਜਿਹੜੇ ਵੀ ਕੋਈ ਲੜਾਈਆਂ ਨੇ ਝਗੜੇ ਨੇ ਪ੍ਰਭ ਜੀ ਉਹਨਾਂ ਨੂੰ ਤੁਸੀਂ ਦੂਰ ਕਰਨਾ ਪਿਤਾ ਪਰਮੇਸ਼ਰ ਆਪਣੇ ਆਤਮਾ ਦਾ ਅਭਿਸ਼ੇਕ ਦੇਣਾ ਪਿਤਾ ਜੀ ਤੁਹਾਡਾ ਧੰਨਵਾਦ ਖੁਦਾਮੁਖ ਦਾ ਤੁਹਾਡਾ ਧੰਨਵਾਦ ਕਰਨੇ ਪ੍ਰਭ ਜੀ ਤੇ ਆਪਣੇ ਦਾਸ ਨੂੰ ਅਤੇ ਪਰਿਵਾਰ ਨੂੰ ਆਪਣੀ ਸਮਰਥਨਾ ਇਸਤੇਮਾਲ ਕਰਦੇ ਅਗਦੇ ਸ਼ੋਲੇ ਬਣਾ ਕੇ ਇਸਤੇਮਾਲ ਕਰਦੇ ਖੁਦਾਮੁਖ ਦਾ ਸਿ ਤੁਹਾਡਾ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਮਿਹਰਬਾਨ ਪ੍ਰੇਮ ਪਿਤਾ ਪਰਮੇਸ਼ਰ ਇੱਕ ਇੱਕ ਤੇ ਤੁਹਾਡਾ ਜ਼ਲਾਲ ਕਮ ਕਰੇ ਖੁਦਾਮੁਖ ਦਾ ਤੁਹਾਡਾ ਨੂਰ ਇੱਕ ਇੱਕ ਤੇ ਚਮਕੇ ਪਿਤਾ ਪਰਮੇਸ਼ਰ ਤੁਹਾ ਇੱਕ ਦੀ ਜ਼ਿੰਦਗੀ ਵਿੱਚ ਕੰਮ ਕਰਨ ਖੁਦਾਵੰਦ ਖੁਦਾ ਤੜਾ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਇੱਕ ਇੱਕ ਨਾਮ ਨੇ ਕਮਾਲ استعمال ਕਰ ਲਈ ਤੁਹਾਡਾ ਧੰਨਵਾਦ ਕਰਨੇ ਖੁਦਾਵੰਦ ਤੁਸੀਂ ਜਲਾਲੀ ਜੋਹਾਵਾ ਖੁਦਾਵੰਦ ਕਿਸ ਨੇ ਨਿਰਾਸ਼ ਨਹੀਂ ਕਰਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਨੇ ਤੁਹਾਡਾ ਸ਼ੁਕਰੀਆ ਕਰਨੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਜੀ ਅੱਜ ਦਾ ਵਚਨ ਇੱਕ ਇੱਕ ਦੀ ਜ਼ਿੰਦਗੀ ਵਿੱਚ ਬਿਹਤਰੀਤ ਤਰੱਕੀ ਵਾਲਾ ਹੋਏ ਪਿਤਾ ਪਰਮੇਸ਼ਰ ਇੱਕ ਇੱਕ ਨੂੰ ਭੈਣ ਭਾਈ ਨੂੰ ਆਪਣੀ ਹਸਤੀਸ ਤੇ ਬਰਕਤ ਦੇਣਾ ਖੁਦਾਵੰਦ ਖੁਦਾ ਅੱਜ ਬਹੁਤ ਸਾਰੇ ਲੋਕ ਨੇ ਜੋ ਪਿਤਾ ਪਰਮੇਸ਼ਰ ਤੁਹਾਨੂੰ ਚਾਣ ਕਰਦੇ ਨੇ ਖੁਦਾਵੰਦ ਖੁਦਾ ਤੇ ਇੱਕ ਇੱਕ ਤੇ ਕਿਰਪਾ ਕਰਨੇ ਖੁ ਤੜਾ ਧੰਨਵਾਦ ਤੁਹਾਡੀ ਤਾਰੀਫ ਉਹ ਤੁਹਾਡੀ ਤਾਰੀਫ ਉਹ ਤੜਾ ਧੰਨਵਾਦ ਖੁਦਾਵੰ ਮੈਂ ਵਿਸ਼ਵਾਸ ਕਰਨੀ ਜੋ ਕੁਝ ਮੰਗਿਆ ਸੀ ਪ੍ਰਭੂ ਜੀ ਬਖਸ਼ ਦਿੱਤਾ ਤੜਾ ਧੰਨਵਾਦ ਮਿਹਰਬਾਨ ਪ੍ਰਭੂ ਜੀ ਮੇਰੀ ਛੋਟੀ ਹੁਣ ਤੱਕ ਦੀ ਛੋਟੀ ਬੇਨਤੀ ਪ੍ਰਾਰਥਨਾ ਸੁਣੋ ਕਬੂਲ ਕਰੋ ਪ੍ਰਾਰਥਨਾ ਪ੍ਰਭੂ ਯਸ਼ੁਮ ਸੇ ਦੇ অতি ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ